ਸਾਡੀ ਇਹ ਸੋਚ ਨਹੀਂ ਸੀਗੀ ਵੀ ਅਸੀਂ ਅਲੱਗ ਤੋਂ ਕਰੀਏ, ਪਰ ਸਾਨੂੰ ਕਿਉਂਕਿ ਸਾਨੂੰ ਸ਼ਾਇਦ ਤਜਰਬਾ ਨਹੀਂ, ਸਾਨੂੰ ਦਿਸ਼ਾ ਨਹੀਂ ਸੀ। ਹੁਣ ਸਾਨੂੰ ਮਤਲਬ ਅਸੀਂ ਜਥੇਬੰਦੀਆਂ ਨਾਲ ਮਿਲੇ ਹਾਂ ਅਤੇ ਸਾਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਸਾਨੂੰ ਤਾਂ ਚੰਗੇ ਸ਼ਿਪ ਲੀਡਰ ਦੀ ਲੋੜ ਆ ਜੋ ਸਾਨੂੰ ਸੇਧ ਦੇ ਸਕੇ। ਔਰ ਜਿੱਥੋਂ ਤੱਕ ਕਲਾਕਾਰਾਂ ਦੀ ਗੱਲ ਰਹੀ, ਸਾਰੇ ਕਲਾਕਾਰ ਭਰਾ ਨੇ, ਸਾਰੇ ਉਹ ਆਪਸ ਸਾਰੇ ਮਤਲਬ ਜੱਟ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਔਰ ਪਿਆਰ ਬਹੁਤ ਆ ਸਭ ਦਾ ਆਪਸ ਦੇ ਵਿੱਚ। ਜਿਹੜਾ ਵੀ ਮੈਸੇਜ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀ ਮੈਂਬਰੀ ਕਮੇਟੀ ਬਣੀ ਹੈ 14 ਮੈਂਬਰੀ, ਉਹ ਜੋ ਮੈਸੇਜ ਆਡੀਅੰਸ ਤੱਕ ਸਾਨੂੰ ਦੇਣਗੇ ਸਾਡੇ ਸੇਧ ਕਰਨ ਵਾਲੇ, ਅਤੇ ਅਸੀਂ ਉਹ ਆਡੀਅੰਸ ਤੱਕ ਪਹੁੰਚਦਾ ਕਰਾਂਗੇ ਆਪਣੇ ਸੋਸ਼ਲ ਮੀਡੀਆ ਰਾਹੀਂ ਕਿ ਕੀ ਰਣਨੀਤੀਆਂ ਨੇ, ਕਿੱਦਾਂ ਇਸ ਜੰਗ ਨੂੰ ਜਿੱਤਿਆ ਜਾ ਸਕਦਾ। ਇਹਦੇ 'ਚ ਇੱਕ ਛੋਟੀ ਜਿਹੀ ਗੱਲ ਐਡ ਕਰਦੇ ਹਾਂ ਜੀ, ਜਿਹੜਾ ਸ਼ੰਭੂ 'ਚ ਸੰਘਰਸ਼ ਵਿੱਢਿਆ ਗਿਆ ਉਹ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਹਿੱਤ ਲਈ ਹੀ ਵਿੱਢਿਆ ਜੀ। ਸੋ ਸੰਘਰਸ਼ ਜਿੱਥੇ ਵੀ ਹੋਏ ਪੰਜਾਬ 'ਚ, ਜਿਹਨਾਂ ਜਿਹਨਾਂ ਨੇ ਵੀ ਸ਼ਮੂਲੀਅਤ ਕੀਤੀ, ਜਿਹਨਾਂ ਨੇ ਪਾਰਟਿਸਪੇਸ਼ਨ ਕੀਤੀ, ਕੋਈ ਵੀ ਸੰਘਰਸ਼ ਆ ਉਹ ਇਸ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾਂ ਨਹੀਂ ਕੀਤਾ ਜਾਊਗਾ। ਪਰ ਉਹਦੇ 'ਚ ਜਿਹੜੀ ਪ੍ਰਾਇਰਿਟੀ ਆ, ਪੈਰਾਮਾਊਂਟ ਖਦਸ਼ੇ ਆ, ਉਹ ਕਿਸਾਨਾਂ ਦੇ ਇਸ ਵੇਲੇ ਜੋ ਸਰਕਾਰ ਕਰ ਰਹੀ ਆ ਉਹਨੂੰ ਰੱਖਿਆ ਜਾਊਗਾ। ਹਾਂਜੀ, 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 ਅਸੀਂ ਜਿਵੇਂ ਤੁਹਾਨੂੰ ਕਿਹਾ ਇੱਕ 14 ਮੈਂਬਰੀ ਕਮੇਟੀ ਬਣੂਗੀ, ਸੋ ਉੱਥੇ ਸਾਨੂੰ ਗਾਈਡੈਂਸ ਵੀ ਮਿਲੂਗੀ ਅਤੇ ਅਸੀਂ ਆਪਦੇ ਪੱਖ ਵੀ ਰੱਖਾਂਗੇ। ਸੋ ਜਿਹੜੀ ਗੱਲ ਸਾਂਝੇ ਤੌਰ 'ਤੇ ਅਸੀਂ ਉਲੀਕਾਂਗੇ, ਉਸੇ ਗੱਲ ਨੂੰ ਅੱਗੇ ਨੌਜਵਾਨੀ 'ਚ ਵੀ ਰੱਖਿਆ ਜਾਊਗਾ, ਸਾਡੇ ਪੰਜਾਬ ਦੇ ਹਰ ਵਰਗ 'ਚ ਰੱਖਿਆ ਜਾਊਗਾ। ਸੋ ਅਸੀਂ ਹਾਂਜੀ ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਤੁਸੀਂ ਆਪਾਂ ਇਹ ਕੁਐਸਚਨ ਇੱਥੇ ਕਰੀਏ ਨਾ, ਕਿਉਂਕਿ ਜਿੱਥੇ ਯੂਥ ਹੁੰਦਾ ਹੈ ਇਹਦਾ ਜਵਾਬ ਦੇਣਾ ਵੀ ਬਣਦਾ। ਨਹੀਂ, ਮੈਨੂੰ ਕੀ ਲੱਗਦਾ, ਸੋਰੀ ਵੀਰੇ, ਤੁਸੀਂ ਮਾਈਂਡ, ਮੈਨੂੰ ਲੱਗਦਾ ਵੀ ਸਾਨੂੰ ਇਹ ਕੁਐਸਚਨ ਨਹੀਂ ਕਰਨਾ ਚਾਹੀਦਾ, ਤੁਸੀਂ ਮਾਈਂਡ ਨਾ ਕਰਿਓ। ਅਸੀਂ ਇੱਥੇ ਮੈਂ ਗੱਲ ਕਰਦਾ ਜੀ, ਜਿਹੜੀ ਚੀਜ਼ ਦੀ ਤੁਸੀਂ ਗੱਲ ਕਰੋਗੇ ਮੁੜ ਕੇ ਉਹ ਵਿੱਚ ਖੜੀਆਂ ਹੋ ਜਾਣਗੀਆਂ ਚੀਜ਼ਾਂ, ਹਾਲੇ ਤਾਂ ਹੈ ਨਹੀਂ। ਜਿਹੜਾ ਮਤਲਬ ਜ਼ਖਮ ਆਪਾਂ ਛੇੜਾਂਗੇ ਉਹਨੂੰ ਲੋੜ ਹੀ ਨਹੀਂ ਛੇੜਨ ਦੀ ਜੀ। ਕੋਈ ਇਹੋ ਜਿਹਾ ਕੁਛ ਨਹੀਂ, ਅਸੀਂ ਇੱਕ ਮਿੰਟ ਵੀਰੇ, ਅਸੀਂ ਪੰਜਾਬ ਨੂੰ ਸ਼ਾਂਤ, ਸਾਡੀ ਸਟੇਜ ਤੋਂ ਗੱਲ ਹੋਈ, ਪੋਲੀਟੀਕਲੀ ਤਾਂ ਪਹਿਲੇ ਚਾਹੁੰਦੇ ਆ ਲੋਕ, ਸਟੇਜ ਤੋਂ ਗੱਲ ਹੋਈ, ਕੰਮ ਖਰਾਬ ਕਰਦੀਆਂ ਨੇ ਸ਼ਰਾਰਤੀ ਅਨਸਰਾਂ ਦੇ ਕੰਮਾਂ ਦੇ ਲਈ, ਇੱਕ ਕਲਾਕਾਰਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜ਼ਿੰਮੇਵਾਰ। ਇੱਕ ਚੀਜ਼ ਆ ਜੀ, ਦੇਖੋ ਜੀ, 10,000 ਬੰਦੇ ਦਾ ਇਕੱਠ ਆ ਜੀ, 10,000 ਬੰਦੇ ਦੇ ਵਿੱਚ ਜੇ 10 ਬੰਦੇ ਪਿੱਛੋਂ ਗਲਤ ਖੜੇ ਕੁਛ ਬੋਲ ਵੀ ਦੇਣ, ਸਾਨੂੰ ਗੋਲਣਾ ਨਹੀਂ ਚਾਹੀਦਾ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪ੍ਰਾਇਓਰਿਟੀ ਨਹੀਂ ਦੇਣੀ ਚਾਹੀਦੀ। ਜੇ ਅਸੀਂ ਉਹਨਾਂ ਦੇ ਕੁਐਸਚਨ ਕਰ ਲਾਂਗੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡੀ ਹੁਣ ਗੱਲ ਹੋਣ ਲੱਗ ਗਈ ਆ। ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ, ਅਨੰਦਪੁਰ ਸਾਹਿਬ ਦੇ ਮਤੇ 'ਚ ਕੀ ਹੈ ਕਿ ਕਿਸਾਨੀ ਦੀ ਗੱਲ ਨਹੀਂ, ਕੀ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਨਹੀਂ ਹੈ, ਕੀ ਸਾਡੇ ਪਾਣੀਆਂ ਦੀ ਗੱਲ ਨਹੀਂ, ਸਾਡੀ ਬੋਲੀ ਦੀ ਗੱਲ ਨਹੀਂ, ਸਾਡੀ ਧਰਤੀ ਦੀ ਗੱਲ ਨਹੀਂ? ਆਪਾਂ ਫਿਰ ਇਹ ਗੱਲ ਨਾ ਕਰੀਏ, ਨੈਸ਼ਨਲ ਮੀਟ, ਨੈਸ਼ਨਲ ਦਾ ਹੱਥ ਪਰ ਇਹਦਾ ਜਵਾਬ ਵੀ ਦਿੰਦੇ ਆ, ਇਹਦਾ ਸੰਜੀਦਗੀ ਨਾਲ ਇਹਦਾ ਜਵਾਬ। ਨਹੀਂ, ਕੋਈ ਨਹੀਂ, ਇੱਕ ਜਵਾਬ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਹ ਬਾਡੀ ਵੱਲੋਂ ਉਹ ਚੀਜ਼ਾਂ ਨੂੰ ਸਪੌਂਸਰ ਕੀਤਾ ਗਿਆ, ਸਪੋਰਟ ਕੀਤਾ ਗਿਆ, ਡਿਫੈਂਡ ਕੀਤਾ ਗਿਆ, ਅਗਰ ਕਿਤੇ ਕੋਈ ਇਹ ਸਲੋਗਨ ਲੱਗੇ ਨੇ। ਦੇਖੋ, ਭੀੜ ਦੇ ਵਿੱਚ ਕਈ ਤਰ੍ਹਾਂ ਦੇ, ਕਿਸੇ ਦੇ ਮੁਰਦਾਬਾਦ ਨਾਲ, ਕਿਸੇ ਦੇ ਜ਼ਿੰਦਾਬਾਦ ਦੇ ਨਾਲ ਲੱਗ ਸਕਦੇ ਨੇ,
ਸਾਡੇ ਉਹਨਾਂ ਵਿੱਚ ਵੀ ਆ ਕੇ ਕੋਈ ਦੂਸਰਾ ਦਾ ਪਿੱਛੇ ਪੰਜ ਬੰਦੇ ਬਾਦਲ ਸਾਹਿਬ ਜਿੰਦਾ ਬਾਦੇ ਨਾਲ ਮਤਲਬ ਕਿ ਤੁਸੀਂ ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਉਹਨਾਂ ਦਾ ਸਮਰਥਨ ਨਹੀਂ ਕਰਦੇ ਉਹਨਾਂ ਨੂੰ ਇਗਨੋਰ ਕੀਤਾ ਬਦ ਐਸ ਇਟ ਦੈਟਸ ਇਟ ਗੱਲ ਖਤਮ ਬਸ ਸਿੰਪਲ ਥਿਊਰੀ ਹਾਂਜੀ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਸ ਮੁਹਿੰਮ ਦੇ ਵਿੱਚ ਜ਼ਬਰਦਸਤੀ ਐਂਟਰ ਹੋ ਰਹੀਆਂ ਨੇ ਜਿਹੜਾ ਕਿ ਕਿਸਾਨਾਂ ਦਾ ਤੇ ਨੌਜਵਾਨਾਂ ਦਾ ਸੰਘਰਸ਼ ਆ ਹਾਂਜੀ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਤੁਹਾਡੇ ਨਾਲ ਪਾਉਣਾ ਚਾਹੀਦਾ ਜਾਂ ਤੁਸੀਂ ਉਹਨਾਂ ਨੂੰ ਸਟੇਜ ਤੇ ਨਹੀਂ ਚੜਨ ਦਿਓ ਦੇਖੋ ਜੀ ਰਾਜਨੀਤਿਕ ਪਾਰਟੀਆਂ ਨੇ ਤਾਂ ਸਿਰਾਂ ਦੀ ਗਿਣਤੀ ਦੀ ਪੋਲਿਟਿਕਸ ਕਰਦੇ ਨੇ राजनीतिक पार्टियां ने सिरां दी गिनती दी पॉलिटिक्स करनी है हुण उन्हां नूं लोक हितां लई कोई मतलब नहीं क्योंकि असीं 17 सालां तों देखदे आउणे आ किसे ने लोकां दे हितां दी गल नहीं कीती कीती हुंदी तां इत्थों तां ही पहुँचदा ही नहीं सी सो हुण पंजाब दे लोक पंजाब दे नौजवान किसान भी बड़े जागरूक आ इस गल नूं समझ लगे आ भी राजनीतिक पार्टियां आपदा झंडा छड के इस संघर्ष च आ के जे साडे नाल बैठण नूं तैयार आ जे किसान जथेबंदियां दे झंडे हेठां बैठण नूं तैयार आ एक जुटता करन नूं तैयार आ तां दे आ मोस्ट वेलकम असीं तां लामबंदी करने आ ना लोक ही जोड़ने आ ना नाल इस संघर्ष हां जी भाई एक मिनट दा जवाब लै लो तुसीं गल भाई एक मिनट दीप हां जी हां जी तुसीं गल खालिस्तान दी वार वार करदे आ मोदी अज हिंदू राष्ट्र दी गल कर रहा है बीजेपी आरएसएस कर रही है पूरे मुल्क नूं हिंदू राष्ट्र बनाउणा है कदे अपने चैनलां ते चलाउंदे हो नहीं नहीं आ पिया नहीं पर एक मिनट मैं एक होर दी गल नहीं भाई एक मिनट नहीं गल लेट मी आंसर योर क्वेश्चन गल की हो रही है पंजाब दे अक्के दी गल हो रही है आ आंसर सी साडे नाल हां भाई मैं बोल किसानां दे नाल आ और कोई मुद्दा नहीं है हां जी थोड़ा जवाब दिने आ प्लीज भाई फायदा नहीं इस टॉपिक ते गल करन दा हां जी दीप कोई फायदा नहीं इस टॉपिक ते गल देखो जी किसान जथेबंदियां ने सानू यह दस्या जिवें हुण दस रहे ने कि असीं मतलब जिंदे अडानी अंबानी आ जिहड़े वड्डे घर उहनां दा बाइकॉट करो आही गल असीं पहलां ही बोले आ उत्थे मतलब साडा जो डायरेक्शन आ साडी सेम ही आ वक्री गल आ कि असीं मिले नहीं सी हाँ खून गर्म आ चलो यंग ब्लड आ साडा ते उहनां दे तजर्बे दा बहुत फर्क आ किसी ने जे कोई माड़ी मोटी उच्ची नीवी गल करती मैं सारे प्रेस नूं रिक्वेस्ट करदा कि तुसीं साडे नाल खड़ो उहनां गल्लां नूं देखो अगे भी तुसीं बहुत कुछ इगनोर करना पैंदा इगनोर करो उस चीज़ नूं और जिहड़ी अपनी मेन लड़ाई आ आपां उही लड़ीए प्लीज उसे ते ही फोकस करो और उही साडा मैसेज लोकां तक पहुंचाओ तां बाहली वधिया गल है जी पर इक गल आ जी जवाब भी देना नहीं थोड़े सवाल का भी जवाब देवे थोड़े का भी देवे इस गल न भी संबोधन किया जाऊगा पहली गल तो हाँ जी खेती लाहेबंद मॉडर्न इकोनमी जो असी कंसिडर करिए ना तो इकोनमी का एक स्ट्रक्चर इकोनमी पहला
एग्रीकल्चर इकोनमी तो इंडस्ट्री इकोनमी बनती है, इंडस्ट्री तो सर्विस इकोनमी बनती है, पर पंजाब नू सिर्फ एग्रेरियन मॉडल तक ही सीमित रखा गया। जान के सेंटर ते स्टेट रिलेशनशिप पढ़ांगे आपां, इह गल समझ आऊगी सानू, पंजाब नू कदे भी इंडस्ट्री इकोनमी बनाया ही नहीं गया, तो सर्विस इकोनमी तक जे असीं जाने आ, साडे तो जे पूंजीपति इत्थे आ जाणगे सानू कदे कोई वड्डे एजुकेशनिस्ट या एजुकेशनल इंस्टीट्यूट्स नहीं दिते गए, सानू कोई जदों वड्डे होटल साडे कोले है नहीं, टूरिज्म साडे कोले है नहीं, तो सर्विस इकोनमी भी है नहीं। अज पंजाब कोले सिर्फ एग्रीकल्चर इकोनमी आ, साडी 55% इकोनमी एग्रीकल्चर ते निर्भर आ, ते साडे लई तां इही लाहेवंद आ ना, जे इहदे ते सानू आके सट मारनगे असीं किवें सहांगे, खेती तो बिना किवें कल पलांगे पंजाब नू, साडे तां ढिड किसानी भरदी आ, सो साडे लई लाहेवंद आ जी, क्योंकि सानू अगे जाण ही नहीं दित्ता गया। अगली गल खालिस्तान की गल करते हैं, गल जदों खालिस्तान की हुंदी आ या किसी सैपरेट स्टेट की हुंदी आ, क्यों हुंदी आ, जदों लोकां च तनाव ते टकराव पैदा हुंदा उह सरकार दीआं गलत नीतियां दे करके पैदा हुंदा। सरकार अज पार्लीमेंट च बैठ के कानून बनाई जांदी आ, किसान सड़कां ते रुली जांदे आ, कंगणा दा छज्जा ढा दिंदे आ, उहनूं तां नैशनल मीडिया ऐं चलाउंदा जिवें पता नहीं किड्डा कु वड्डा जुल्म ते जबर हो गया, पर किसानां दीआं जे हड्डियां तोड़दे आ सड़कां ते उहनूं कोई दिखाउंदा नहीं। सो फिर मैनूं दसो, नहीं बाई जी तुसीं दिखाया, नैशनल मीडिया की गल करो मैनूं, ठीक आ, आपां तां दिखाउणे ही आ पंजाब वाले। हुण जे असीं कहिंदे आ साडे नैरेटिव नूं, साडे बिरतांत नूं, किसानां ने अज कहा साडे ढिड्डां ते गल आ गई, साडी जमीन ते गल आ गई, तुसीं साडे गलां तक लै आए हो, कबरां च धक्की जांदे हो। सरकार लई किन्ना ईजी आ सानूं रैडिकल कहना, किन्ना ईजी आ सानूं देश द्रोही कहना, जे असीं उहनां लई सरहद ते बंदूक फड़ के जाने आ लड़दे आ ते सानूं कहिंदे आ जय जवान, जे असीं आपदे हक मंगदे आ अज जय किसान क्यों नहीं कह रहे, अदरवाइज सानू अज अतवादी कह देणगे, सानू खालिस्तानी कह देणगे, सानू सैपरेस्ट कह देणगे, सानू पाकिस्तानी कह देणगे, सानू देश द्रोही कह देणगे। तुसीं आपदे हक मंगण निकलो तो सही, आ देखो की करदे आ इह सरकारां करदियां, साडियां स्टेजां तों नहीं हुंदा, असीं ना एक्सट्रीम लैफ्ट जाने आ ना एक्सट्रीम राइट जाने आ, असीं सेंटर च रहिंदे आ, असीं मानवता दी, गुरु नानक साहब दे फलसफे दी गल करदे आ, सरबत दे भले दी गल करदे आ, इहदू बिना कोई गल नहीं कीती जांदी। सो अगला सवाल, हाँ जी हुण, हाँ जी हाँ जी 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 हाँ जी, भाई ताड़ियां ना मारो, आपां ताड़ियां मारन वास्ते नहीं इकट्ठे होए, संवाद करन वास्ते इकट्ठे होए। हाँ जी, सरकारां नहीं सुनदियां पर जदों असीं किसानां दे नाल गल करदे आ उह कहिंदे सानूं साडे लीडर भी भरोसे च नहीं लैंदे, की हुण किसानां नूं भरोसे च लै के मीटिंग, मैं तुहानूं इक, उह कहिंदे जदों असीं मरिया साडे आगूआं ने सानूं मारिया, बिल्कुल जी, इस गल नूं सानूं इस गल नूं विचारना पऊगा, इस गल नूं सानूं पुराने वर्तारियां तों सिखणा पऊगा। साढ़े बहुत उभार आए पहला, सरबत खालसा बरगाड़ी वाला मोर्चा, उदू पहला किसानों ने बड़े अंदोलन लड़े आ, गोलियां खादियां, डंडे खादे आ, आ जिहड़े इत्थे साडे बजुर्ग बैठे आ इन्होंने जिहड़े इन्हां कोले तजर्बे आए आई नहीं आए होए भी मीटिंगां चों सिखे इन्होंने, हाँ जी एक मिनट, इल्जाम जरूर आ, मैं तुहानूं जवाब दिंदा, देखो असीं हमेशा की हुंदा, सब तो वड्डी साडी प्रॉब्लम की रही आ, असीं कहिंदे आ भी आह कानून आ गया, चलो कोई नहीं इहदे च माड़ियां हीआं सोधां लै लो आ, ठीक है, अगला कानून आ गया चलो कोई नहीं थोड़ा जिहा कॉम्प्रोमाइज़ कर लैंदे आ, माड़ियां हीआं सोधां लै लो, पर उह इक सिस्टम परपैचुएट हो रिहा, जदों तक यहूदियां कोल यहूदी, देखो जरनल भी रहे, वड्डे वड्डे अहुदिआं ते रहे, साइंटिस्ट रहे, आइनसटाइन भी यहूदियां चों आया, यहूदी जदों तक उह यही करदे रहे ਵੀ ਯਾਰ ਆਹ ਕੋਈ ਨਹੀਂ ਆ ਕਾਨੂੰਨ ਬਣ ਗਿਆ ਕੋਈ ਨਹੀਂ ਯਾਰ ਸਾਡੇ ਨਾਲ ਵਿਤਕਰਾ ਨਹੀਂ ਹੋਊਗਾ, ਆਹ ਮਾੜੀ ਜਿਹੀ ਗੱਲ ਮੰਨ ਲੈਂਦੇ ਹਾਂ, ਆਹ ਮਾੜੀ ਜਿਹੀ ਗੱਲ ਮੰਨ ਲੈਂਦੇ ਹਾਂ, ਪਰ ਇੱਕ ਦਿਨ ਉਹਨਾਂ 'ਤੇ ਹੋਲੋਕੌਸਟ ਹੋਇਆ, ਯਹੂਦੀਆਂ ਨੂੰ ਕਤਲੇਆਮ ਹੋਇਆ ਉਹਨਾਂ ਦਾ, ਕਿਉਂਕਿ ਉਹ ਮਾੜੀਆਂ ਮਾੜੀਆਂ ਗੱਲਾਂ ਮੰਨਦੇ ਰਹੇ। ਸਾਨੂੰ ਸਮਝਣਾ ਪਊਗਾ, ਸਪੱਸ਼ਟਤਾ ਰੱਖਣੀ ਪਊਗੀ, ਖੰਡਨ ਕਰਨਾ ਪਊਗਾ ਜਿਹੜੀ ਗੱਲ ਸਾਨੂੰ ਨਹੀਂ ਅੱਜ ਠੀਕ ਲੱਗ ਰਹੀ, ਇਹ ਸਾਨੂੰ ਪੁਰਾਣੇ ਵਰਤਾਰਿਆਂ ਤੋਂ ਸਿੱਖਣਾ ਪਊਗਾ, ਦੁਨੀਆ ਦੇ ਵੱਡੇ ਵੱਡੇ ਮੂਵਮੈਂਟਸ ਨੂੰ ਸਟੱਡੀ ਕਰਕੇ ਸਮਝਣਾ ਪਊਗਾ, ਫਿਰ ਸਾਡੀ ਰਣਨੀਤੀ ਵਿਉਂਤਬੰਦੀ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਧਿਰ ਨਾਲ ਲੜਾਈ ਆ ਉੱਥੇ ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, CBI ਇਹ ਗੱਲਾਂ ਦਾ ਮਤਲਬ ਨਹੀਂ ਆ ਜੋ ਕੁਛ, ਚਲੋ ਫਿਰ ਵੀ ਉਹ ਲੜਾਈ ਸਾਨੂੰ ਲੜਨੀ ਪੈਂਦੀ ਆ, ਪਰ ਸਾਨੂੰ ਲੜਾਈ ਜਿਹੜੀ ਵਿਉਂਤਬੰਦੀ ਕਰਨੀ ਅੱਜ ਬੜੇ ਢੰਗ ਨਾਲ ਅਤੇ ਆਪਸੀ ਸੰਵਾਦ ਰਚ ਕੇ ਸਿਰ ਜੋੜ ਕੇ ਜਦੋਂ ਸਾਨੂੰ ਬੈਠਣਾ ਆ ਗਿਆ ਨਾ,
सानू विवाद तो ज्यादा संवाद करना आ गया, कोई ना कोई हल निकले आउणगे, हल निकले आउंदे हुंदे। एक मैं बेनती करदा, एक मेरी गल सुनो, एक मिनट नहीं मैं बैठा नहीं हैगा, एक मिनट मेरी बात उठ ही आ रही है, तुसी मेरी गल नहीं नहीं ओ कैमरा नहीं देख रिया, जस्ट कैमरे जो आउंदा। अच्छा मैनू एक गल दसो जी, अज आपां इत्थे एक मिनट यार, अज आपां इत्थे इकट्ठे किदे वास्ते होए आ जी? खेती वास्ते, खेती ते जिहड़े साडे बिल लागू करदे उहनां वास्ते ना जी। ਇਹ ਕਿਸਾਨ ਯੂਨੀਅਨ ਨੇ, ਇਹ ਸਰਕਾਰ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਇਹ ਕੁਐਸਚਨ ਪੁੱਟ ਕਰੀਏ ਵੀ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਕਿਹੜੇ ਮੁੱਦੇ ਹੋਣਗੇ, ਜਦੋਂ ਅਸੀਂ ਆਪਣੇ ਪਹਿਲੇ ਮੁੱਦੇ ਤੋਂ ਹੀ ਭਟਕ ਗਏ ਅਸੀਂ ਬਾਕੀ ਮੁੱਦਿਆਂ ਦਾ ਹੱਲ ਕਿਵੇਂ ਕਰਾਵਾਂਗੇ ਜੀ? ਜੇ ਅੱਜ ਕੋਈ ਗੱਲ ਉਰੇ ਹੋਣੀ ਚਾਹੀਦੀ ਆ ਤਾਂ ਅੱਜ ਹੋਣੀ ਚਾਹੀਦੀ ਆ ਖੇਤੀ ਦੀ ਅਤੇ ਕਿਸਾਨ ਯੂਨੀਅਨਾਂ ਦੀ। ਬਿਲਕੁਲ, ਕਿਸਾਨ ਯੂਨੀਅਨਾਂ ਦੇ ਨਾਲ ਸਾਡੇ ਨਾਲ ਅਕਸਰ ਕਹਿ ਦਿੱਤਾ ਜਾਂਦਾ ਸਾਡੇ 'ਚ ਜੋਸ਼ ਹੈ, ਇਹਨਾਂ ਕੋਲ ਹੋਸ਼ ਹੈ, ਇਹਨਾਂ ਤੋਂ ਸਲਾਹਾਂ ਲੈ ਕੇ ਅੱਜ ਇੱਥੇ 14 ਮੈਂਬਰੀ ਕਮੇਟੀ ਬਣ ਗਈ। ਇੱਕ ਮੈਂ ਗੱਲ ਕਹਿਣੀ ਚਾਹੁੰਦਾ, 7 ਮੈਂਬਰ ਉਹਨਾਂ ਦੇ, 7 ਮੈਂਬਰ ਸਾਡੇ, 7 ਮੈਂਬਰ ਸਾਡੇ ਕਿਵੇਂ ਹੋ ਗਏ? ਸਾਡੀ ਇੰਡਸਟਰੀ 'ਚੋਂ ਅਸੀਂ ਉਹਨੇ 4-5 ਭਰਾ ਵੀ ਨਹੀਂ ਹੈਗੇ, 7 ਵੀ ਨਹੀਂ ਪੂਰੇ ਹੈਗੇ, ਤਾਂ 7 ਅਸੀਂ ਆਪਦੇ ਆਪ ਨੂੰ ਮੈਂਬਰ ਕਿਵੇਂ ਮੰਨ ਲਈਏ? ਕੀ ਇੰਡਸਟਰੀ ਨੂੰ ਜਾ ਕੇ ਕਹੀਏ ਵੀ ਅਸੀਂ ਉੱਥੇ ਕਮੇਟੀ 'ਚ ਗਏ ਸੀ ਅਤੇ ਅਸੀਂ ਮੈਂਬਰ ਬਣ ਕੇ ਆ ਗਏ? ਕੌਣ ਸਾਡਾ ਸਾਥ ਦੂਗਾ ਜੀ? ਹਰ ਇੱਕ 'ਚ ਬੰਦੇ 'ਚ ਈਰਖ ਹੈ, ਉਹ ਕਹੂਗਾ ਤੁਸੀਂ ਪ੍ਰਧਾਨ ਬਣ ਗਏ, ਅਸੀਂ ਤੁਹਾਡੇ ਤੋਂ ਕੀ ਲੈਣਾ? ਜੇ ਅੱਜ ਗੱਲ ਕਰੀਏ ਤਾਂ ਅੱਜ ਅਸੀਂ ਕਮੇਟੀਆਂ ਦੀ ਜੀ ਗਰਾਊਂਡ ਰਿਐਲਿਟੀ 'ਤੇ ਜਾਣਾ ਪੈਣਾ, ਭਾਈਚਾਰੇ ਨਾਲ ਗੱਲ ਕਰਨੀ ਪੈਣੀ ਹੈ, ਇੱਥੋਂ ਹੀ ਤਾਂ ਸਾਰਾ ਤਾਣਾ ਬਣਾ ਉਹ ਜਿਹੜਾ। ਅੱਜ ਅਸੀਂ ਇੱਥੇ ਕਮੇਟੀ ਬਣਾ ਲਈ, ਉਹਦੇ ਮੈਂਬਰ ਵੀ ਬਣ ਗਏ, ਜੇ ਕੱਲ੍ਹ ਨੂੰ 6 ਕਲਾਕਾਰਾਂ ਨੇ ਵਿਰੋਧ ਕਰਤਾ ਵੀ ਯਾਰ ਮੈਂ ਕਿ ਹਰ ਇੱਕ ਦੀ ਸਲਾਹ ਲੈਣੀ ਤਾਂ ਜ਼ਰੂਰੀ ਹੈ ਨਾ ਜੀ। ਪਹਿਲੀ ਮੈਂ ਇਹ ਸਮਝਦਾ ਵੀ ਗੱਲ ਇੱਥੇ ਸਿਰਫ ਹੋਣੀ ਚਾਹੀਦੀ ਹੈ ਇਹਨਾਂ ਬਿੱਲਾਂ ਦੀ ਕਿ ਸਾਡੀ ਅੱਗੇ ਰਣਨੀਤੀ ਕੀ ਹੈ, ਅਸੀਂ ਇਹਨਾਂ ਦਾ ਬਾਈਕਾਟ ਕਿਵੇਂ ਕਰਨਾ, ਉਰੇ ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਹੈ ਜੀ ਉਹ ਸਰਕਾਰਾਂ ਦੇ ਕੰਮ ਨੇ, ਉਹ ਸਾਡੇ ਕੰਮ ਨਹੀਂ, ਅਸੀਂ ਅੱਜ ਕਿਸਾਨ ਯੂਨੀਅਨ ਨਾਲ ਆ ਕੇ ਖੜੇ ਹਾਂ, ਨਾ ਕਿ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਇੱਕ ਆਪਦਾ ਫਰੰਟ ਕੱਢਾਂਗੇ ਅਤੇ ਤੁਹਾਡੇ ਮਸਲੇ ਹੱਲ ਕਰਾਂਗੇ। ਕੱਲ੍ਹ ਨੂੰ ਤੁਸੀਂ ਕਹੋਗੇ ਜੀ ਤੁਸੀਂ ਤਾਂ ਉੱਥੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਵੀ ਅਸੀਂ ਆਹ ਵੀ ਮਸਲਾ ਹੱਲ ਕਰਾਵਾਂਗੇ, ਅਸੀਂ ਆਹ ਵੀ ਮਸਲਾ, ਇਹਦੀ ਵੀ ਲੜਾਈ ਲੜਾਂਗੇ, ਅਸੀਂ ਆਪਣਾ ਕਿੱਤਾ ਕਰਾਂਗੇ ਕਿ ਅਸੀਂ ਸਰਕਾਰ ਬਣਾਵਾਂਗੇ, ਇਹ ਗੱਲ ਨਹੀਂ ਹੈਗੀ। ਜੇ ਅੱਜ ਕੋਈ ਗੱਲ ਹੋਣੀ ਚਾਹੀਦੀ ਹੈ ਤਾਂ ਇਕੱਲੀ ਖੇਤੀ ਦੀ, ਅਤੇ ਜਿਹੜੇ ਇਹ ਬਿੱਲ ਨੇ ਇਹਨਾਂ 'ਚ ਸੋਧ ਹੋ ਸਕਦੀ ਹੈ ਜਾਂ ਇਹ ਰੱਦ ਹੋ ਸਕਦੇ ਨੇ ਉਹਨਾਂ ਦੀ ਗੱਲ ਕਰੀਏ, ਅੱਜ ਆਪਾਂ ਕੋਈ ਹੋਰ ਗੱਲ ਨਾ ਕਰੀਏ ਜੀ, ਪਰ ਇੱਕ ਨਾ ਕਿਸੇ ਦੂਜੇ ਮੁੱਦੇ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਸ ਆਪਣੇ ਆਰਟਿਸਟਾਂ ਦੀ ਜਿਵੇਂ ਜਸ ਨੇ ਗੱਲ ਕੀਤੀ ਹੈ, ਕੁਦਰਤ ਵੱਲੋਂ ਇਹ ਸਾਡੇ ਜਿਹੜਾ ਪੰਜਾਬੀ ਜਿੰਨਾ ਵੀ ਇੰਡਸਟਰੀ ਆ ਸਾਰਿਆਂ 'ਚ ਇੱਕ ਆ ਬਹੁਤ ਆ। ਜਦੋਂ ਕਿਸੇ ਦਾ ਇੱਕ ਗਾਣਾ ਵੀ ਆਉਂਦਾ ਨਾ ਤਾਂ ਸਾਰੀ ਇੰਡਸਟਰੀ ਸ਼ੇਅਰ ਕਰਦੀ ਆ, ਔਰ ਉਹ ਰਾਤੇ ਰਾਤ ਲੱਖਾਂ ਬੰਦਿਆਂ ਤੱਕ ਸਾਰੀ ਦੁਨੀਆ 'ਚ ਪਹੁੰਚ ਜਾਂਦਾ, ਕੈਨੇਡਾ, ਅਮੈਰੀਕਾ, ਜਿੱਥੇ ਮਰਜ਼ੀ ਲਾ ਲਓ। ਪਰ ਜੇ ਹੁਣ ਜਦੋਂ ਚੰਗਾ ਇਹ ਸੋਸ਼ਲ ਮਤਲਬ ਜੋ ਸਾਡਾ ਸਾਡੇ ਘਰ ਦੇ ਵਿੱਚ ਮਤਲਬ ਡਾਕੂ ਵੜ ਗਏ, ਉਸ ਵੇਲੇ ਜੋ ਵੀ ਇਨਫੋਰਮੇਸ਼ਨ ਹੋਊਗੀ, ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਆਰਟਿਸਟ ਇਸ ਗੱਲ ਤੋਂ ਮਨਾ ਕਰੂਗਾ। ਪਰ ਫਿਰ ਵੀ ਸਾਡੀ ਉਹਨਾਂ ਨੂੰ ਇੱਕ ਵਾਰੀ ਜਾ ਕੇ ਗੱਲ ਕਰਨੀ ਬਣਦੀ ਹੈ ਕਿ ਭਰਾ ਆਹ ਕੰਮ ਆਪਾਂ ਕਰਨ ਲੱਗੇ ਹਾਂ, ਤੁਸੀਂ ਸਹਿਮਤ ਹੋ ਨਾਲ। ਪਰ ਮੈਨੂੰ ਇੰਨਾ ਯਕੀਨ ਆ ਕਿ ਕੋਈ ਵੀ ਬੰਦਾ ਇਸ ਗੱਲ ਤੋਂ ਮਨਾਹੀ ਨਹੀਂ ਕਰੂਗਾ। ਤੇ ਤੀਜੀ ਗੱਲ ਇਹ ਹੈ ਅਸੀਂ ਇੱਥੇ ਜੋ ਤੀਜਾ ਫਰੰਟ ਕੱਢਣ ਨਹੀਂ ਦਵਾਂਗੇ। ਜੇ ਤੁਸੀਂ ਚਾਹੁੰਦੇ ਹੋ ਵੀ ਇੱਥੋਂ ਇੱਕ ਤੀਜਾ ਫਰੰਟ ਨਿਕਲੇ ਤੇ ਉਹ ਆ ਕੇ ਲੋਕਾਂ ਦੀ ਗੱਲ ਕਰੇ, ਨਹੀਂ, ਫਰੰਟ ਸਾਡੇ ਕੋਲ ਪਹਿਲਾਂ ਹੀ ਬਹੁਤ ਨੇ। ਜੇ ਅਸੀਂ ਫਰੰਟ ਹੀ ਬਣਾਉਣਾ ਤਾਂ ਫਿਰ ਅਸੀਂ ਉਹਨਾਂ ਸਰਕਾਰਾਂ ਦੇ ਪਿੱਛੇ ਹੀ ਲੱਗ ਸਕਦੇ ਹਾਂ, ਇਹਦੇ ਚੋਂ ਰਾਜਨੀਤੀ ਨਹੀਂ ਹੋ ਸਕਦੀ। ਹਾਂਜੀ ਦੱਸਦੇ ਆ, ਉਹ ਵੀ ਕਲਾਕਾਰ ਹੈ ਜੀ, ਜੇ ਦਲੇਰ ਮਹਿੰਦੀ ਉਹ ਵੀਡੀਓ ਆਪਣਾ ਖੁਦ ਬਣਾ ਕੇ ਜੀ, ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਿਹਾ ਔਰ ਅੱਗੇ ਵੀ ਕਰਾਂਗੇ, ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਿਹਾ ਅੱਗੇ ਵੀ ਕਰਾਂਗੇ, ਇਸ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਨਾਲ ਨਹੀਂ ਚੱਲੂਗਾ ਉਹਦਾ ਸਾਰੇ ਕਲਾਕਾਰ ਬਾਈਕਾਟ ਕਰ ਦੇ। ਜੇ ਕੋਈ ਬੰਦਾ ਇਦਾਂ ਕਰਦਾ ਆ, ਜੇ ਕੋਈ ਬੰਦਾ ਨਹੀਂ ਸਾਥ ਦੇਣਾ ਚਾਹੁੰਦਾ ਉਹ ਉਹਦੀ ਮਰਜ਼ੀ ਆ, ਅਸੀਂ ਉਹਨੂੰ ਕੀ ਕਹਿਣਾ, ਅਸੀਂ ਕਰ ਰਹੇ ਹਾਂ ਸਾਨੂੰ ਜੋ ਮਰਜ਼ੀ ਕਰਨਾ। ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਇਤਰਾਜ਼ ਹੋਇਆ ਕਿ ਜਿਹੜੇ ਕਲਾਕਾਰ ਆਉਂਦੇ ਨੇ ਉਹ ਫੋਟੋਆਂ ਖਿਚਾਉਂਦੇ ਨੇ, ਸੈਲਫੀਆਂ ਖਿਚਾਉਂਦੇ ਨੇ, ਤੇ ਸਟੇਜ ਤੋਂ ਬਾਰ ਬਾਰ ਇਹ ਕਿਹਾ ਗਿਆ ਕਿ ਜਾਬਤੇ ਚ ਰਹੋ, ਜਾਬਤੇ ਚ ਰਹੋ, ਇੱਕ ਢੰਗ ਦੇ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਭਰਾਵੋ ਪੰਜਾਬ ਵਾਲਿਆਂ ਨੂੰ ਇਕੱਠੇ ਹੋ ਲੈਣ ਦਿਓ ਯਾਰ, ਹੋ ਲੈਣ ਦਿਓ, ਸਾਡੇ ਲੱਖਾਂ ਮਤਭੇਦ ਨੇ, ਪੰਜਾਬ ਲਈ ਇੱਕ ਹੋਣਾ ਚਾਹੁੰਦੇ ਆ। ਦੁਨੀਆਂ ਨੂੰ ਪੁੱਛ ਰਿਹਾ ਅੱਗੇ ਉਹ ਹੋਊਗਾ ਇਸ ਤਰ੍ਹਾਂ ਕਿ ਨਹੀਂ ਹੋਊਗਾ? ਦੇਖੋ ਇਹਨਾਂ ਨੇ ਕਲਾਕਾਰਾਂ ਦੇ ਤੌਰ ਤੇ ਸਾਡੇ ਨਾਲ ਕਮੇਟੀ ਬਣ ਗਈ, ਨੰਬਰ 1। ਨੰਬਰ 2, ਜਿਹੜੇ ਕਲਾਕਾਰ ਆਪਣਾ ਸਨੀ ਦਿਓਲ ਜਾਂ ਆਪਣੇ ਕਲਾਕਾਰ ਉਹ ਨੈਸ਼ਨਲ ਮੀਡੀਆ ਦਾ ਸਾਥ ਦੇ ਰਹੇ ਆ, ਤੁਸੀਂ ਦਾ ਸਾਥ ਦੇ ਦਿਓ ਯਾਰ ਪੰਜਾਬ ਦਾ। ਬਸ ਇਹੀ ਬੇਨਤੀ ਆ, ਹਮੇਸ਼ਾ ਉਹਨੂੰ ਚੱਲ, ਤੁਸੀਂ ਦਾ ਸਾਥ ਦੇ ਦਿਓ ਯਾਰ, ਤੁਸੀਂ ਐਂ ਜਿਹਾ ਚੋਬਾ ਮਾਰਦੇ ਹੋ, ਚੋਬਾ ਮਾਰਦੇ ਹੋ, ਪਤਾ ਕਿੱਧਰਲੀ ਗੱਲ ਕਿੱਧਰ ਲੈ ਜਾਂਦੇ ਆ। ਦੇਖੋ ਮੈਂ ਤੁਹਾਡੇ ਸਾਹਮਣੇ ਸਹੀ ਆ, ਲੱਭਿਆ 25 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
अगर कोई इस किस्म की गल हुई है कि किसी कलाकार जो इधरों से कटवाई है जी असी यह क्या कि जो हम असी कट्ठे होके चलांगे आपस गलबात करके चलांगे एक दूसरे की भाईचारक उस चलांगे तो अगे तो वह चीज नहीं होगी इंटीग्रेट होगी जे कि हुई है तो असी इकती किसान जथेबंदियों ने महसूस कर लिया सो इस करके जी प्रॉब्लम है ये किसी भरावो असी पंजाब की किसानी लिए पंजाब के भले लिए सिर जोड़ना है बस तुम साडा साथ दे दो थैंक यू इज्जत नहीं हुई जां कुछ भी होया असी उन्हां भरावां नूं मिलांगे जाके क्योंकि असी यह मुद्दा उठाया सी उन्होंने कहा कि अगे तो यह चीज़ कदे नहीं होगी सानू थोड़ी लोड़ आ सो असी रल के चलांगे जी 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 कोई मुद्दा नहीं मुद्दा रुपए मैं तो हम जिदे किसी लड़ाई लड़नी है उदे तलवार फट के बुलाए मैं जी हम पंजाब लड़ूंगा धरती पर मैनू लगता थोड़ा धन्नवाद असी करना नहीं क्योंकि तुसी साडे नाल हो आपस थोड़ा धन्नवाद करांगे आपां इक दूसरे दा नहीं मैं दसदा सरकार देखो गल की है।